ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਕੇਟੀਵੀ ਐਸਲੇ ਯੂਕਰੇਨ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਹਰ ਇੱਕ ਦੇਸ਼ ਹਮਦਰਦੀ ਪ੍ਰਗਟ ਕਰ ਰਿਹਾ ਤੇ ਆਪਣੇ ਵੱਲੋਂ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਆ ਉਹ ਉਹਨਾਂ ਦੀ ਮਦਦ ਕਰਨ ਲਈ ਤਤਪਰਿਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਐਸਲੇ ਰូមਨੀਆਂ ਤੇ ਯੂਕਰੇਨ ਦੇ ਬਾਰਡਰ ਉੱਤੇ ਜਿਹੜੀਆਂ ਯੂਕਰੇਨ ਵੱਲੋਂ ਪੈਦਲ ਕਾਰਾਂ ਜਾਂ ਬੱਸਾਂ ਰਾਹੀਂ ਲੋਕ ਰਮਨੀਆ ਵਿੱਚ ਐਂਟਰ ਹੋ ਰਹੇ ਉਹਨਾਂ ਵਿੱਚ ਰਮਨੀਆ ਦੇ ਲੋਕਾਂ ਦੀ ਦਰਿਆ ਦੇ ਲਈ ਤੁਸੀਂ ਦੇਖੋ ਜਿੱਥੇ ਸਾਡੀਆਂ ਸਿੱਖ ਸੰਥਾਵਾਂ ਬਹੁਤ ਵੱਡੇ ਵੱਡੇ ਲੰਗਰ ਲਾ ਰਹੀਆਂ ਨੇ ਉੱਥੇ ਇਹ ਰਮਨੀਆ ਦੇ ਲੋਕ ਵੀ ਕਿਸੇ ਤੋਂ ਪਿੱਛੇ ਨਹੀਂ ਉਹਨਾਂ ਨੇ ਵੀ ਬਾਰਡਰ ਦੇ ਉੱਤੇ ਉੱਥੇ ਆਉਣ ਵਾਲੇ ਲੋਕਾਂ ਲਈ ਭੁੱਖੇ ਧਿਆਏ ਲੋਕਾਂ ਲਈ ਜੋ ਕਾਫੀ ਸੈਂਕੜੇ ਕਿਲੋਮੀਟਰ ਦਾ ਸਫ਼ਰ ਕਰਕੇ ਉੱਥੇ ਪਹੁੰਚ ਰਹੇ ਨੇ ਉਹਨਾਂ ਲਈ ਖਾਣ ਪੀਣ ਦਾ ਸਮਾਨ ਬ੍ਰੈਡ ਕੱਪੜੇ ਪਾਣੀ ਜੂਸ ਹੋਰ ਜਿੰਨਾ ਵੀ ਉਹਨਾਂ ਲੋਕਾਂ ਵੱਲੋਂ ਹੋ ਸਕਿਆ ਉਹਨਾਂ ਨੇ ਬਦ ਤੋਂ ਬਦ ਐਸਲੇ ਦੁੱਖ ਦੀ ਘੜੀ ਦੇ ਵਿੱਚ ਯੂਕਰੇਨ ਵਾਸੀਆਂ ਲਈ ਉਹ ਆਪਣੇ ਦਿਲੋਂ ਜੋ ਕੋਸ਼ਿਸ਼ ਕਰ ਰਹੇ ਨੇ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਤਨਾ ਕਿਤੇ ਦੇਖਿਆ ਜਾਵੇ ਇਨਸਾਨੀਅਤ ਹਜੇ ਵੀ ਜਗਦੀ ਆ ਪਰ ਕਿਤਨਾ ਕਿਤੇ ਦੇਖਿਆ ਜਾਵੇ ਇਸ ਔਖੀ ਘੜੀ ਦੇ ਵੇਲੇ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਵੀ ਆਪਣੇ ਹੁੰਦੇ ਨੇ ਤੁਸੀਂ ਦੇਖਦੇ ਰਹੋ ਕੇ ਟੀਵੀ ਜੁੜੇ ਰਹੋ ਸਾਡੇ ਨਾਲ ਧੰਨਵਾਦ ਰੱਬ ਰੱਖਾ